ਲੁਧਿਆਣਾ ਲੁੱਟਕਾਂਡ ਮਾਮਲਾ ਪੁਲਿਸ ਨੇ ਅਜੇ ਸੁਲਝਾਇਆ ਹੀ ਹੈ ਕਿ ਪੁਲਿਸ ਦੇ ਸਾਹਮਣੇ ਇੱਕ ਹੋਰ ਕੇਸ ਆ ਕੇ ਖੜਾ ਹੋ ਗਿਆ ਹੈ। ਦਰਸਲ ਖਬਰ ਬਠਿੰਡਾ ਦੀ ਹੈ ਜਿੱਥੇ ਸ਼ਾਤਰ ਚੋਰਾਂ ਨੇ ਪੰਜਾਬ ਪੁਲਿਸ ਦੇ ਸਾਹਮਣੇ ਇੱਕ ਹੋਰ ਵੱਡਾ ਮਾਮਲਾ ਲਿਆ ਕੇ ਖੜਾ ਕਰ ਦਿੱਤਾ ਹੈ। ਬਠਿੰਡਾ ਦੇ ਵਿੱਚ ਬਣੇ ਮਿਨੀ ਸਕਤਰੇ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਾਤਰ ਚੋਰ ਇਥੋਂ 15 ਤੋਂ 20 ਲੱਖ ਦੇ ਉੱਤੇ ਹੱਥ ਮਾਰ ਕੇ ਫਰਾਰ ਹੋ ਗਏ ਨੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 15 ਤੋਂ 20 ਲੱਖ ਦੀ ਚੋਰੀ ਦੀ ਜੋ ਘਟਨਾ ਹੈ ਉਸ ਨੂੰ ਅਣਜਾਣ ਦਿੱਤਾ ਜਾ ਚੁੱਕਾ ਹੈ ਹਰ ਰੋਜ਼ ਵਾਪਰ ਰੀਆਂ ਜਿਹੀਆਂ ਚੋਰੀ ਦੀਆਂ ਘਟਨਾਵਾਂ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੰਦੀਆਂ ਨੇ ਬੇਸ਼ੱਕ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੋਵੇ ਪਰ ਹਰ ਰੋਜ਼ ਵਾਪਰ ਰੀਆਂ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਵੱਲੋਂ ਕਿਹੋ ਜੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦੀਆਂ ਨੇ ਕਾਨੂੰਨ ਵਿਵਸਥਾ ਦੇ ਉੱਤੇ ਤਾਂ ਸਵਾਲ ਖੜਾ ਹੁੰਦਾ ਹੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਨਾਕੇ-ਥਾਥਾਂ ਦੇ ਉੱਤੇ ਜੋ ਹੈ ਪੁਲਿਸ ਲਗਾਉਂਦੀ ਹੋਈ ਨਜ਼ਰ ਆਉਂਦੀ ਹੈ ਰੋਕ ਕੇ ਰਾਗਰਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਜੋ ਲੁਟੇਰੇ ਨੇ ਜਾਂ ਹੋਰ ਬਦਮਾਸ਼ ਨੇ ਉਹ ਸ਼ਰੀਆਮ ਹਥਿਆਰ ਲਹਿਰਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ਕਈ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਹੁਣ ਤੱਕ ਕਿ ਪੰਜਾਬ ਦੇ ਵਿੱਚ ਕਿਵੇਂ ਸ਼ਰੀਆਮ ਹੁਣ ਗੁੰਡਾਗਰਦੀ ਸਿਖਰ ਤੱਕ ਪਹੁੰਚ ਚੁੱਕੀ ਹੈ ਜੇ ਚੋਰਾਂ ਦੀ ਤੇ ਲੁਟੇਰਿਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਲਈ ਹੁਣ ਚੋਰੀ ਅਤੇ ਲੁੱਟਖੋ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਹੁਣ ਆਮ ਗੱਲ ਬਣ ਚੁੱਕੀ ਹੈ ਆਮ ਦਿਨਾ ਵਾਂਗ ਜਿਵੇਂ ਹਰ ਇੱਕ ਆਮ ਇਨਸਾਨ ਕੰਮ ਕਰਦਾ ਹੈ ਚੋਰਾਂ ਵੱਲੋਂ ਅਤੇ ਲੁਟੇਰਿਆਂ ਦੇ ਵੱਲੋਂ ਆਮ ਦਿਨਾਂ ਵਾਂਗ ਹੀ ਆਮ ਕੰਮਕਾਜ ਵਾਂਗ ਹੀ ਜੋ ਹੈ ਉਹ ਚੋਰੀ ਅਤੇ ਲੁੱਟਖੋਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਜੋ ਬਠਿੰਡਾ ਦੀ ਪੁਲਿਸ ਹੈ ਉਹ ਕਦੋਂ ਤੱਕ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਪੁਲਿਸ ਨੇ ਪਹੁੰਚ ਕੇ ਮੌਕੇ ਉਤੇ ਜੋ ਹੈ ਉਹ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਜਿਹੜੇ ਉੱਥੇ ਮੌਜੂਦ ਲੋਕ ਨੇ ਕਰਮਚਾਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ 15 ਤੋਂ 20 ਲੱਖ ਦੀ ਜੋ ਲੁੱਟ ਹੈ ਉਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ 15 ਤੋਂ 20 ਲੱਖ ਦੇ ਕਰੀਬ ਜੋ ਹੈ ਚੋਰੀ ਦੀ ਘਟਨਾ ਜੋ ਹੈ ਉਸ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਯਾਨੀ ਕਿ ਚੋਰ ਜੋ 20-15 ਤੋਂ 20 ਲੱਖ ਦੀ ਰਕਮ ਦੇ ਉੱਤੇ ਹੱਥ ਮਾਰ ਕੇ ਉੱਥੋਂ ਦੀ ਫਰਾਰ ਹੋ ਚੁੱਕੇ ਨੇ ਫਿਲਹਾਲ ਜੋ ਬਟਿੰਡਾ ਪੁਲਿਸ ਹੈ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕਰ ਰਹੀ ਹੈ ਤੇ ਉਮੀਦ ਹੈ ਕਿ ਜਲਦੀ ਹੀ ਇਸ ਮਾਮਲੇ ਨੂੰ ਵੀ ਸੁਲਝਾ ਲਿਆ ਜਾਵੇਗਾ